ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਖਾਦਮ ਨਾਸਰ ਚਨੋਟੀ। ਬਜ਼ਾਹਰ ਕਿ ਮੈਸੇਜ ਦੇਣ ਲਈ ਸਾਡੇ ਫਨਕਾਰ ਆ ਰਹੇ ਨੇ, ਮੈਂ ਵੀ ਮੈਸੇਜ ਦੇਣ ਲਈ ਆਇਆ। ਸਭ ਨੂੰ ਪਤਾ ਹੈਗਾ ਕਿ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਹੈਗਾ, ਇਤਿਹਾਤ ਕੀ ਕਰਨੀ ਜੀ। ਸਾਰੇ ਭੈਣਾਂ ਭਰਾਵਾਂ ਨੂੰ ਪਤਾ ਹੈਗਾ ਕਿ ਅਸੀਂ ਕੀ ਕਰਨਾ ਹੈਗਾ, ਹੱਥ ਅੱਛੀ ਤਰੀਕੇ ਨਾਲ ਧੋਣੇ ਨੇ, ਠੀਕ ਹੈ। ਕੋਸ਼ਿਸ਼ ਕਰਨੀ ਹੈਗੀ ਕਿ ਅਗਰ ਤੁਹਾਨੂੰ ਕੋਈ ਐਸਾ ਮਸਲਾ ਹੈਗਾ ਤਾਂ ਉਹ ਤੁਸੀਂ ਸੈਪਰੇਟ ਹੋ ਜਾਣਾ, ਠੀਕ ਹੈ, ਸੈਪਰੇਟ ਵੀ ਹੋ ਜਾਣਾ, ਠੀਕ ਹੈ। ਦੂਸਰਾ ਸੈਕੰਡ ਹੈਗਾ ਕਿ ਅਸੀਂ ਕਰਨਾ ਕੀ ਹੈਗਾ, ਗੱਲ ਕੀ ਗਈ। ਸਭ ਤੋਂ ਪਹਿਲੇ ਮੇਰੀ ਰਿਕੁਐਸਟ ਇਹ ਹੈਗੀ ਸਾਰੇ ਆਪਣੇ ਭੈਣਾਂ ਭਰਾਵਾਂ ਜਿਹੜੇ ਜਿੱਥੇ ਵੀ ਬੈਠੇ ਨੇ ਕਿ ਇਹਦਾ ਟਿਕਟੋਕ ਨਾ ਬਣਾਓ, ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ, ਇਹਨੂੰ ਮਜ਼ਾਕ ਨਾ ਸਮਝੋ, ਇਹਦੇ 'ਚ ਲਾਫਟਰ ਨਾ ਲਓ, ਪਲੀਜ਼ ਇਹਦੇ 'ਚ ਲਾਫਟਰ ਨਾ ਲਓ, ਇਹ ਲਾਫਟਰ ਵਾਲੀ ਗੱਲ ਨਹੀਂ। ਦੂਸਰੀ ਗੱਲ ਇਹ ਹੈਗੀ ਕਿ ਜੋ ਹਾਲਾਤ ਚੱਲ ਰਹੇ ਨੇ ਸਾਡੇ, ਅਸੀਂ ਸਾਰੇ ਲੋਕ ਨੇ, ਹਰ ਬੰਦਾ ਰੋਟੀ ਖਾ ਰਿਹਾ, ਅੱਲਾਹ ਪਾਕ ਸਭ ਨੂੰ ਰੋਟੀ ਦੇ ਰਿਹਾ ਹੈਗਾ। ਲੇਕਿਨ ਸੈਕੰਡ ਗੱਲ ਇਹ ਕਿ ਅਸੀਂ ਸਾਰੇ ਭੈਣਾਂ ਭਰਾਵਾਂ ਨੇ ਇਹ ਸੋਚਣਾ ਹੈਗਾ ਕਿ ਜਿਹੜੇ ਸਾਡੇ ਭੈਣਾਂ ਭਰਾ ਦਿਹਾੜੀਦਾਰ ਨੇ, ਅਗਰ ਮਤਲਬ ਕਰਫਿਊ ਲੱਗਦਾ ਹੈ ਜਾਂ ਜਿਸ ਤਰ੍ਹਾਂ ਜੋ ਅਸੀਂ ਜੋ ਕੰਮ ਚੱਲ ਰਿਹਾ ਹੈਗਾ ਕਿ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ, ਔਰ ਸੱਚੀ ਮੁੱਚੀ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ ਹੈਗਾ, ਇਹ ਤੁਸੀਂ ਇਤਿਹਾਤ ਕਰਨੀ, ਗੌਰਮੈਂਟ ਦੇ ਨਾਲ ਮਿਲ ਕੇ ਇਸ ਚੀਜ਼ ਦੀ ਇਤਿਹਾਤ ਤੁਸੀਂ ਕਰਨੀ ਗੀ। ਬਿਲਕੁਲ ਬੱਚੇ ਬਾਹਰ ਨਾ ਕੱਢੋ, ਆਪ ਬਾਹਰ ਨਾ ਨਿਕਲੋ, ਕੋਈ ਐਸੀ ਗੱਲ ਨਹੀਂ ਹੈਗੀ। ਇਹ 10-15 ਦਿਨ 20 ਦਿਨ ਅੱਲਾਹ ਪਾਕ ਨੇ ਚਾਹ ਕੇ ਇਹ 2-4 ਦਿਨਾਂ ਦੇ ਵਿੱਚ ਹੀ ਇਨਸ਼ਾਅੱਲਾ ਤਾਲਾ ਇਹ ਗੱਲ ਖਤਮ ਹੋ ਜਾਏਗੀ, ਇਸ ਵਾਇਰਸ ਦੀ ਗੱਲ ਅੱਲਾਹ ਪਾਕ ਖਤਮ ਕਰ ਦੇਣਗੇ। ਕਿ ਜਿੰਨੀਆਂ ਦੁਆਵਾਂ ਮੇਰੇ ਭੈਣਾਂ ਭਰਾ ਮੰਗ ਰਹੇ ਨੇ, ਮੈਂ ਮੰਗ ਰਿਹਾ, ਸਾਰੀ ਦੁਨੀਆ ਮੰਗ ਰਹੀ ਹੈ ਦੁਆਵਾਂ, ਲੇਕਿਨ ਮੇਰੀ ਇੱਕ ਇਲਤਜਾ ਆਏਗੀ ਕਿ ਅਗਰ ਤੁਸੀਂ ਹੁਣ ਨਮਾਜ਼ ਪੜ੍ਹ ਰਹੇ ਹੋ ਨਾ, ਇਹਦੇ ਡਰ ਤੋਂ ਜਾਂ ਇਹਦੇ ਖੌਫ ਤੋਂ ਪੜ੍ਹ ਰਹੇ ਹੋ, ਤਾਂ ਪਲੀਜ਼ ਇਸ ਨਮਾਜ਼ ਨੂੰ ਹਮੇਸ਼ਾ ਕਾਇਮ ਰੱਖਣਾ। ਇਸ ਤੋਂ ਬਾਅਦ ਵੀ ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਦੁਨੀਆਂ ਦੇ ਉੱਤੇ, ਕੋਈ ਐਸੀ ਚੀਜ਼ ਨਹੀਂ ਹੈਗੀ, ਸਿਰਫ ਆਪਣੇ ਸੋਹਣੇ ਰੱਬ ਕੋਲ ਮਾਫ਼ੀ ਮੰਗੋ, ਆਪਣੇ ਗੁਨਾਹਾਂ ਦੀ ਮਾਫ਼ੀ ਮੰਗੋ। ਇਨਸ਼ਾਅੱਲਾ ਮੇਰਾ ਅੱਲਾਹ ਇੰਨਾ ਸੋਹਣਾ ਹੈਗਾ, ਮੇਰਾ ਅੱਲਾਹ ਇੰਨਾ ਵੱਡਾ ਹੈਗਾ, ਮੇਰਾ ਸੋਹਣਾ ਰੱਬ ਇੰਨਾ ਗਫੂਰ, ਮੇਰਾ ਸੋਹਣਾ ਰੱਬ ਇੰਨਾ ਰਹੀਮ ਹੈਗਾ, ਉਹ ਮਾਫ਼ ਕਰ ਦੇਣ ਵਾਲਾ, ਔਰ ਮੇਰਾ ਅੱਲਾਹ ਸਾਨੂੰ ਮਾਫ਼ ਕਰ ਦੇਗਾ। ਲੇਕਿਨ ਆਇੰਦਾ ਵੀ ਇਸ ਚੀਜ਼ ਨੂੰ ਕਾਇਮ ਰੱਖਣਾ, ਧਿਆਨ ਰੱਖਣਾ, ਇਸ ਤੋਂ ਬਾਅਦ ਵੀ ਆਪਣੇ ਭੈਣਾਂ ਭਰਾਵਾਂ ਦਾ ਹਮੇਸ਼ਾ ਧਿਆਨ ਰੱਖਣਾ। ਮੇਰੀ ਇਲਤਜਾ ਹੈਗੀ, ਦੁਆ ਹੈਗੀ ਕਿ ਅੱਲਾਹ ਪਾਕ ਤੁਹਾਨੂੰ ਜਿੱਥੇ ਜਿਸ ਜਗ੍ਹਾ ਤੇ ਵੀ ਹੋ, ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ, ਔਰ ਜਿਹੜੇ ਇਸ ਬਿਮਾਰੀ ਦੇ ਮੁਬਤਲਾ ਨੇ, ਜਿਹੜੇ ਲੋਕਾਂ ਨੂੰ ਇਹ ਬਿਮਾਰੀ ਹੈ, ਅੱਲਾਹ ਆਪਣੇ ਸੋਹਣੇ ਹਬੀਬ ਦੇ ਸਦਕੇ ਉਹਨਾਂ ਨੂੰ ਸ਼ਿਫਾ ਅਤਾ ਫਰਮਾਏ। ਇਨਸਾਨੀਅਤ ਲਈ ਦੁਆ ਕਰੋ, ਕੁੱਲ ਇਨਸਾਨੀਅਤ ਲਈ ਅੱਲਾਹ ਸਭ ਇਨਸਾਨਾਂ ਨੂੰ ਇਸ ਬਿਮਾਰੀ ਤੋਂ ਮਹਿਫੂਜ਼ ਫਰਮਾਏ, ਔਰ ਜਿਹੜੇ ਬਿਮਾਰ ਨੇ ਉਹਨਾਂ ਨੂੰ ਸ਼ਿਫਾ ਅਤਾ ਫਰਮਾਏ। ਮੇਰੀ ਦੁਆ ਹੈਗੀ ਸਲਾਮਤ ਰਹੋ, ਖੁਸ਼ ਰਹੋ, ਜਿੱਥੇ ਵੀ ਹੋ ਅੱਲਾਹ ਪਾਕ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ, ਜਿਉਂਦੇ ਰਹੋ। ਅਸਲਾਮ ਅਲੈਕੁਮ।